ਹਾਂ ਬਸਾ ਹੋਸੀ ਕੀ ਹਾਲ ਹੈ, ਕੀ ਨਾਮ ਹੈ ਤੁਹਾਡਾ? ਵੀਰਾਲੇ ਵੀਰਾਲ ਕੌਣ ਥੀ ਨੇਵੇ? ਵੀਰਾਲ ਜੀ ਅੱਛਾ ਝੁਲਣ ਥੀ ਨੇਵੇ ਮੈਂ ਸੁਣੇ ਹਾਈਸਾ ਰੱਖੀ ਪਿਆ ਵੀ ਕਿਤਨੇ ਹਾਈਸਾਨ ਉਸਾਨ ਸੇ ਵਲ ਕਿਹੜੇ ਕਿਤਨ ਉਹ ਵੇਚ ਰਿਹਾ ਮੈਂ ਦੀ ਦੇਸ ਬੇਗਾ ਕਿਤਨੇ ਦੀ ਵੇਚੀ ਕਿਤਨੇ ਤਰਾਈ ਹਨ ਹਾਈਸਾਨ ਦੋ ਹਨ ਵੀਰਾਲ ਕਿਤਨੇ ਦੀ ਹੈਗੀ ਹੈ ਯਸ 9 ਲੱਖ ਦੀ ਹੈ 9 ਲੱਖ ਦੀ ਹੈਗੀ ਹੈ ਤੇ ਦੂਜੀ ਜ਼ਮੀਨ ਕਿਤਨੀ ਕੀਤੀ 50 ਏਕੜ ਇਹ ਜਿਹੜਾ ਮੰਗ ਪਿੰਨ ਵਾਲਾ ਮਾਮਲਾ ਇਹ ਕਿੰਨਾ ਕਿੰਨਾ ਹੈ ਕਿਤਨਾ ਕਿਤਨਾ ਅਰਸਾ ਥੀ ਗਏ ਛੋਟੇ ਹੋਵੇ ਹੁਣ 50 ਏਕੜ ਜ਼ਮੀਨ ਹੈ ਵੱਲ ਵੀ ਜਾਂ ਸ਼ੁਰੂ ਕੀਤੀ ਵਧੇ ਦੁਕਾਨ ਵੀ ਹੈ ਸ਼ਹਿਰ 'ਚ ਹਾਂ ਦੁਕਾਨ ਕਿਤਨੇ ਦੀ ਹੈ ਫਲਾਰ ਕੀ ਦਾਸ ਹੁਣ ਜੜੇ ਕਿਉਂ 20000 ਦਾ ਕਿਤਾਬ ਹੈ 20000 ਦਾ ਪਲਾਰ ਕਿਤਾਬ ਹੈ ਹੁਣ ਕਿਤਨੇ ਦੀ ਹੋ ਸੀ 20 ਲੱਖ ਦਾ ਜੀ ਹੁਣ ਹੋਸੇ 20 ਦੀ 20 ਲੱਖ ਦੀ ਹੋ ਸੀ ਹਾਂ ਉਹੀ ਤੇਰੀ ਹੈ ਸ਼ਾਦੀ ਕੀਤੀ ਵਤੀ ਅੱਗੇ ਵੀ ਕਿਤਨੇ ਬਾਲ ਹਨ ਹੋਰ ਤਰੇ ਪੁੱਤਰ ਪੜਦੇ ਪੈਣ ਜਾਂ ਅਨਪੜ੍ਹ ਦੁਕਾਨ ਬਣਾਈ ਪੈਣ ਕਿੱਥੋਂ ਦੁਕਾਨ ਬਣਾਈ ਪੈਣ ਵਹੀ ਉਲਟੇ ਕੋ ਨਹੀਂ ਰੱਖ ਸਕਦੇ ਰੋਟੀ ਛੋਟੀ ਦਿੰਦੇ ਨਹੀਂ ਘਰ ਕਹਿਣ ਰੋਟੀ ਘਰ ਦਾ ਬੰਦਾ ਨਹੀਂ ਹਾਂ ਘਰ ਦਾ ਬੰਦਾ ਰੋਟੀ ਕਿਉਂ ਦੇ ਘਰ ਦਾ ਬੰਦਾ ਦਿੰਦੇ ਕਿਤਨਾ ਕਮਾਵੇ ਦਾ ਰਹਿੰਦੀ ਹੀ ਚੱਕਰ ਚਾਚਾ ਰਾਜੂ ਭਰੇ ਦਾ ਹੈ ਚਾਚਾ ਹਾਂ ਰਾਜੂ ਭਰੇ ਦਾ ਹੈ ਕਿਤਨਾ ਰੋਜ਼ਾਨਾ ਮਹੀਨੇ ਦੇ ਬੰਦੇ ਲੱਖ ਖਨ ਬਣ ਬੰਦੇ ਇਹ ਬੈਂਕ 'ਚ ਕਹਿ ਨਹੀਂ ਕੋਈ ਪੈਸਾ ਰੱਖੇਂਦਾ ਅੱਛਾ ਲੱਖ ਖਨ ਮਹੀਨੇ ਦਾ ਕਮਾਵੇ ਦੀ 50 ਏਕੜ ਤੇਰੀ ਜ਼ਮੀਨ ਹੈ ਇੱਕ 20 ਲੱਖ ਦੀ ਦੁਕਾਨ ਹੈ ਇਹ ਇੱਥਾਂ ਜਿਹੜੇ ਬੈਠਣ ਨੇ ਤੇਰੇ ਨਾਲ ਰਹਿ ਸਭ ਤੇਰੀ ਕਿਤਨੀ ਜ਼ਮੀਨ ਹੈ 6 ਏਕੜ ਥਈ ਬਾਦ ਲਗਾ ਰਹੇ ਇਹ 6 ਏਕੜ ਵਾਲਾ ਹੈ ਉਹ 6.5 ਏਕੜ ਵਾਲਾ ਹੈ ਇਹਦੇ ਦੇਖ ਤਾਂ ਸਹੀ ਜ਼ਰਾ ਇਹਦੀ 6.5 ਏਕੜ ਹੈ ਤੇ ਉਹਦੀ 6 ਏਕੜ ਹੈ ਇਹਦੇ ਦੇਖ ਤਾਂ ਸਹੀ ਇਹਦੇ ਦੇਖ ਤਾਂ ਸਹੀ ਇਹਦੀ ਕਿਤਨੀ ਜ਼ਮੀਨ ਹੈ 6 ਏਕੜ ਤੇਰੀ ਕਿਤਨੀ ਹੈ 50 ਏਕੜ ਇਹਦੀ ਕਿਤਨੀ ਹੈ ਇਹਨੇ ਦੇਖ ਜ਼ਰਾ ਕਿਤਨੀ 6.5 ਏਕੜ ਤੇਰੀ ਕਿਤਨੀ ਹੈ ਅੱਛਾ ਹੁਣ ਤੂੰ 6.5 ਏਕੜ ਵਾਲੇ ਘਾਹ ਦੀ ਮੇਰੀ ਮਦਦ ਕਰੋ ਉਹ 6.5 ਏਕੜ ਵਾਲੇ ਘਾਹ ਦਾ ਵੀ ਮੇਰੀ ਮਦਦ ਕਰੋ 50 ਏਕੜ ਵਾਲਾ ਇਹ ਜਿਹੜਾ ਜਾਮ ਸਾਹਿਬ ਹੈ 50 ਏਕੜ ਵਾਲਾ ਇਹ ਆਖਦੇ ਕਿ ਮੇਰੇ ਕੋਲ 6 ਏਕੜ ਵਾਲੇ ਮੇਰੇ ਕੋਲ ਪੈਸੇ ਦੇਵਣ ਅਤੇ ਮਹੀਨੇ ਦਾ ਮੇਰਾ ਲੱਖ ਰੁਪਇਆ ਬਣ ਵੇਂਦੇ ਕਿਤਨਾ ਲੱਖ ਰੁਪਇਆ ਬਣ ਵੇਂਦੇ ਉਮਰਾ ਕਰਨਾ ਹੀ ਹੱਜ ਵਾਸਤੇ ਤਿਆਰ ਹੀ ਕਹਿਣਾ ਹਾਂ ਕਦੋਂ ਵੇ ਸੀ ਮਹੀਨੇ ਦਾ ਲੱਖ ਰੁਪਏ ਚਾਂਦੀ ਬਣ ਗਈ।